ਗਾयक ਜੈਨੀ ਜੋਲ ਦਾ ਗੀਤ ਆਇਆ ਜਿਸ ਦੇ ਵਿੱਚ ਉਸਨੇ ਲੈਟਰ ਟੂ ਸੀਐਮ ਨਾਂ ਦੇ ਤਹਿਤ ਗਾਣਾ ਕੱਢਿਆ ਸਿੱਧਾ ਹਕੂਮਤ ਨੂੰ ਚੈਲੰਜ ਕੀਤਾ ਗਿਆ ਪੰਜਾਬ ਸਰਕਾਰ ਨੂੰ ਕਿ ਇੱਕ ਪਾਸੇ ਘਰ ਦੇ ਵਿੱਚ ਵਹਿਣ ਪਏ ਗਏ ਨੇ ਇਹ ਚੈਲੰਜ ਕੀਤਾ ਗਿਆ ਕਿ ਇਹੋ ਹੀ ਬਦਲਾ ਨੌਜਵਾਨ ਦੇ ਖੂਨ ਨਾਲ ਲੱਤਪੱਤ ਹੋਇਆ ਪੰਜਾਬ ਰੰਗਲਾ ਪੰਜਾਬ ਹੈ ਜਾਂ ਕੋਈ ਹੋਰ ਗੱਲ ਹੈ ਸੰਦੀਪ ਪਹਿਲਾਂ ਤੇ ਜਾਨੀ ਜੋਲ ਜਿਹੜੀ ਕੁੜੀ ਨੇ ਗਾਣਾ ਗਾਇਆ ਇਹਨੂੰ ਤੇ ਸਾਰਾ ਪੰਜਾਬ ਸਲੂਟ ਮਾਰਨਾ ਚਾਹੀਦਾ ਇਸ ਕੁੜੀ ਨੂੰ ਗਾਣਾ ਲੈਟਰ ਟੂ ਸੀਐਮ ਇਹ ਸਰਕਾਰੀ ਸਿਸਟਮ ਤੇ ਚਪੇੜ ਆ ਉਹ ਚਪੇੜ ਦੀ ਆਵਾਜ਼ ਅੱਜ ਚੰਡੀਗੜ੍ਹ ਨਹੀਂ ਸਤੌਜ ਪਿੰਡ ਤੋਂ ਲੈ ਕੇ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਲੈ ਕੇ ਗੁਜਰਾਤ ਪਹੁੰਚੀ ਆ ਉਹ ਵਾਰ-ਵਾਰ ਅਸੀਂ ਵੀ ਗਾਣਾ ਸੁਣੇ ਤੁਹਾਨੂੰ ਲੂਈ ਕੰਡੇ ਖੜੇ ਹੁੰਦੇ ਨੇ ਜਿਸ ਤਰ੍ਹਾਂ ਕੁੜੀ ਨੇ ਗੀਤ ਗਾਇਆ ਉਹ ਗਾਣੇ ਦੇ ਬੋਲ ਔਰ ਫਲਮਾਇਆ ਮੈਨੂੰ ਲੱਗਦਾ ਤੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਬਨਵੇਂ ਯੋਧੇ ਨਾ ਜਿੰਨੂੰ ਕਹਿੰਦੇ ਉਹ ਅੱਜ ਸੋਚ ਰਹੇ ਹੋਣਗੇ ਸ਼ਰਮ ਦੇ ਮਾਰੇ ਅੱਜ ਨੀਵੀਆਂ ਪਾ ਕੇ ਕਿ ਬਦਲਾਅ ਦੇ ਨਾਂ ਤੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਨਾ ਉਹ ਬਦਲਾਅ ਲੁੱਟਿਆ ਗਿਆ ਜਿਹੜੇ ਕਹਿੰਦੇ ਕਿ ਕਿੰਨੇ ਆਏ ਤੇ ਕਿੰਨੇ ਗਏ ਕਿ ਕਿੰਨੇ ਗਏ ਨਹੀਂ ਇੱਕੋ ਸਿੱਧੂ ਮੂਸੇਵਾਲਾ ਗਿਆ ਸੀ ਕਿ ਜਾਂ ਉਹਨਾਂ ਲੋਕਾਂ ਦੇ ਨਾਲ ਭੰਗੜੇ ਪਾਉਣੇ ਆ ਗਏ ਨੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਫਰਜ਼ ਨਹੀਂ ਸਮਝਿਆਗਾ ਗੀਤ ਦੇ ਵਿੱਚ ਠੋਕ ਕੇ ਵੀ ਗੱਲ ਕਹੀ ਹੈ ਕਿ ਸਿਕਿਉਰਟੀਆਂ ਲੀਕ ਕਰਨ ਵਾਲਿਆਂ ਦੇ ਨਾਂ ਕਿਉਂ ਛਾਪਏ ਗਏ ਨਾ ਕਿਉਂ ਲੁਕਾਏ ਗਏ ਸਿੱਧੂ ਮੂਸੇਵਾਲੇ ਤੋਂ ਅੱਜ ਕੀ ਤੇ ਸਾਰੇ ਮਗਰਮੱਛ ਦੇ ਹੰਝੂ ਘਾਰੇ ਸੀ ਬਲਕੌਰ ਸਿੰਘ ਸਿੱਧੂ ਤੇ ਮਾਦਾ ਚਰਨਕੌਰ ਦੇ ਨਾਲ ਜਾ ਕੇ ਫੋਟੋ ਖਿਚਾ ਲਈ ਉਹ ਤੇ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਪਰ ਕੁੜੀ ਦੀ ਜਮੀਰ ਜਾਗਦੀ ਸੀ ਗਿਆ ਹੈ ਕਿ ਸਾਡੇ ਘਰ ਦੇ ਦਿੱਤੇ ਵੈਣ ਪੈ ਰਹੇ ਨੇ ਤੇ ਦੂਜਿਆਂ ਦੇ ਘਰ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਗਰਉਣਾ ਚਾਹੀਦਾ ਜਿਨ੍ਹਾਂ ਦੀ ਰੀੜ ਦੀ ਹੱਡੀ ਕੰਮ ਕਰਦੀ ਹੋਵੇ ਤੇ ਜਿਨ੍ਹਾਂ ਦੇ ਕਹਿੰਦੇ ਨਾ ਲੱਤਾਂ 'ਚ ਜਾਨ ਹੋਵੇ ਕੁੜੀ ਅੱਜ ਮਾਈ ਦਾ ਲਾਲ ਬਣ ਕੇ ਆਈ ਹੈ ਕਿ ਸਰਕਾਰ ਨਾਲ ਸਿੱਧੀ ਟੱਕਰ ਪਈ ਤੇ ਵੱਡੇ ਵੱਡੇ 나ਡੂ ਖਾਂ ਬਣੇ ਫਿਰਦੇ ਹੀ ਪੰਜਾਬ ਦੇ ਵੱਡੇ ਵੱਡੇ ਸਿੰਗਰ ਇਹ ਮੈਂ ਇਹਨੂੰ ਗੀਤ ਨਹੀਂ ਕਹਾਂਗਾ ਮੈਂ ਕਹਾਂਗਾ ਸਰਕਾਰੀ ਸਿਸਟਮ ਤੇ ਇੱਕ ਕਰਾਰੀ ਚਪੇੜ ਆ ਕਿ ਭਗਵੰਤ ਮਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਯਾਰ ਤੇਰੀ ਕੁਛੜ ਚ ਬੈਠ ਕੇ ਸਰਕਾਰ ਦੀ ਦਾੜੀ ਪੁੱਟ ਰਹੇ ਨੇ ਲੋਕ ਜਿਹੜੇ ਰੋਜ਼ ਸਿਕਿਉਰਿਟੀ ਲੀਡ ਕਰਵਾਉਂਦੇ ਆ ਵੱਡੀਆਂ-ਵੱਡੀਆਂ ਖਬਰਾਂ ਫੇਸਬੁਕ ਤੇ ਪਾਤੀਆਂ ਵਟਸਐਪ ਕਰਤੇ ਹੈਗੇ ਤੇ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਸ ਜਿਗਰੇ ਦੇ ਨਾਲ ਤੁਸੀਂ ਗਾਣਾ ਗਾਇਆ ਨਾ ਉਸ ਜਿਗਰੇ ਨੂੰ ਸਟੈਂਡ ਰੱਖੀ ਪ੍ਰਵਾਹ ਨਾ ਕਰੀ ਤੁਹਾਡੀਆਂ ਫੂਡਮੈਨ ਦੇ ਨਾਲ ਛੇੜਖਾਨੀ ਵੀ ਹੋਊਗੀ ਤੁਹਾਨੂੰ ਗਾਲਾਂ ਵੀ ਕੱਢਣਗੇ ਤੁਹਾਡਾ ਕੈਰੇਕਟਰ ਸ਼ੈਸ਼ਿਨੇਸ਼ਨ ਵੀ ਕਰਨਗੇ ਕਾਫਲੇ ਚੱਲਦੇ ਰਹਿੰਦੇ ਹੁੰਦੇ ਨੇ ਕੁੱਤੇ ਭੌਂਕਦੇ ਰਹਿੰਦੇ ਹੁੰਦੇ ਨੇ ਪੰਜਾਬੀ ਗਾਇਕੀ ਦੇ ਬਾਵੇ ਬੈਠੇ ਹੈਗੇ ਨੇ ਤੇ ਘੱਟੋ ਘੜੇ ਹਰ ਇਸ ਕੁੜੀ ਦੇ ਨਾਲ ਤੇ ਖਲੋਜਿਓ ਨਾ ਹਕੂਮਤ ਨੂੰ ਚੈਲੰਜ ਕੋਈ ਜ਼ੁਰਤ ਵਾਲਾ ਬੰਦਾ ਹੀ ਕਰ ਸਕਦਾ ਹੈ ਤੇ ਅੱਜ ਇੱਕ ਗਾਇਕ ਨੇ ਸਿੱਧ ਕਰਕੇ ਵਿਖਾ ਦਿੱਤਾ ਗਾਇਕ ਜੈਨੀ ਜੋਲ ਦਾ ਗੀਤ ਆਇਆ ਜਿਸ ਦੇ ਵਿੱਚ ਉਸਨੇ ਲੈਟਰ ਟੂ ਸੀਐਮ ਨਾਂ ਦੇ ਤਹਿਤ ਗਾਣਾ ਕੱਢਿਆ ਔਰ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਲਈ ਬਹੁਤ ਸਾਰੀਆਂ ਗੱਲਾਂ ਕਰ ਦਿੱਤੀਆਂ ਨੇ ਔਰ ਵੀਡੀਓ ਵੀ ਇਸ ਤਰ੍ਹਾਂ ਫਿਲਮਾਇਆ ਗਿਆ ਔਰ ਸਿੱਧਾ ਹਕੂਮਤ ਨੂੰ ਚੈਲੰਜ ਕੀਤਾ ਗਿਆ ਪੰਜਾਬ ਸਰਕਾਰ ਨੂੰ ਕਿ ਇੱਕ ਪਾਸੇ ਘਰ ਦੇ ਵਿੱਚ ਵਹਿਣ ਪੈ ਗਏ ਨੇ ਜਸਟਿਸ ਕਿੱਥੇ ਹੈ ਦੂਜੇ ਪਾਸੇ ਇਹ ਚੈਲੰਜ ਕੀਤਾ ਗਿਆ ਕਿ ਇਹ ਉਹੀ ਬਦਲਾ ਹੈ ਜਿਹੜਾ ਰੰਗਲਾ ਪੰਜਾਬ ਕਹਿੰਦਾ ਸੀ ਔਰ ਨਾਲ ਇਹ ਗੱਲ ਕਹਿੰਦਾ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਕੀ ਰੰਗਲਾ ਪੰਜਾਬ ਸਿੱਧੂ ਮੂਸੇਵਾਲਾ ਦੇ ਵਰਗੇ ਨੌਜਵਾਨ ਸੰਦੀਪ ਨੰਗਲ ਅੰਬੀਆ ਨੌਜਵਾਨ ਦੇ ਖੂਨ ਨਾਲ ਲਥਪਥ ਹੋਇਆ ਪੰਜਾਬ ਰੰਗਲਾ ਪੰਜਾਬ ਹੈ ਜਾਂ ਕੋਈ ਹੋਰ ਗੱਲ ਹੈ ਇਸ ਮਸਲੇ ਤੇ ਅੱਜ ਅਸੀਂ ਪ੍ਰੋਗਰਾਮ 16 ਅਤੇ ਸੱਚ ਦੇ ਵਿੱਚ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਇਸ ਗੀਤ ਦੀ ਗੱਲ ਕਰੀਏ ਜੀ ਲੈਟਰ ਟੂ ਸੀਐਮ ਪਹਿਲਾਂ ਤਾਂ ਟਾਈਟਲ ਹੀ ਬੜਾ ਅਟਰੈਕਟ ਕਰਦਾ ਹੈ ਬੂਰਾ ਆਪਣੇ ਵੱਲ ਖਿੱਚਦਾ ਔਰ ਜਿਹੜਾ ਲੈਟਰ ਲਿਖਿਆ ਗਿਆ ਇੰਨਾ ਤਿੱਖਾ ਲਿਖਿਆ ਗਿਆ ਕਿ ਜ਼ਰਤ ਕੀਤੀ ਐ ਇੱਕ ਉਸ ਗਾਇਕ ਨੇ ਜਿਉਂਦੇ ਜੀ ਜਿਹੜਾ ਇੱਕ ਗਾਇਕ ਉਸਦੇ ਹੱਕ ਵਿੱਚ ਖੜਿਆ ਸੀ ਸਿੱਧੂ ਮੂਸੇਵਾਲਾ ਉਸ ਇੰਡਸਟਰੀ ਵਿੱਚੋਂ ਸੀ ਜਿਹੜਾ ਖੜ ਗਿਆ ਸੀ ਜੈਨੀ ਜੋਲ ਦੇ ਨਾਲ ਤੇ ਅੱਜ ਉਸ ਦਾ ਮੁੱਲ ਮੋੜ ਰਹੀ ਹੈ ਜੈਨੀ ਜੋਲ ਜਿਹੜਾ ਗੀਤ ਕੱਢਿਆ ਇਸ ਦੇ ਮਾਇਨੇ ਕੀ ਕੱਢੇ ਜਾਣ ਸਰਕਾਰ ਨੂੰ ਸਿੱਧਾ ਚੈਲੰਜ ਹੈ ਸੰਦੀਪ ਪਹਿਲਾਂ ਤੇ ਜੈਨੀ ਜੋਲ ਜਿਹੜੀ ਕੁੜੀ ਨੇ ਗਾਣਾ ਗਾਇਆ ਇਹਨੂੰ ਤੇ ਸਾਰਾ ਪੰਜਾਬ ਸਲੂਟ ਮਾਰਨਾ ਚਾਹੀਦਾ ਇਸ ਕੁੜੀ ਨੂੰ ਹਿੰਮਤ ਦਿਖਾਈ ਕੁੜੀ ਨੇ ਆਪਣੀ ਜ਼ਮੀਰ ਦਿਖਾਈ ਆ ਕਿ ਵਾਕਏ ਜੇ ਤੁਸੀਂ ਖੜੇ ਜੇ ਉਹ ਭੈਣ ਭਰਾ ਦਾ ਉਹਨਾਂ ਦੇ ਵਿੱਚ ਰਿਸ਼ਤਾ ਤੇ ਫਿਰ ਇਹ ਹਮੇਸ਼ਾ ਤਾਂ ਹੀ ਲੋਕੀ ਕਹਿੰਦੇ ਨੇ ਕਿ ਆਪਣੇ ਪਰਖੇ ਜਾਂਦੇ ਨੇ ਤੇ ਆ ਜੋ ਕੁੜੀ ਪਰਖ ਗਈ ਕਿ ਮੈਂ ਆਪਣੇ ਵੀਰ ਵਾਸਤੇ ਆ ਬੋਲ ਆ ਉਹ ਜਿਹੜਾ ਗਾਣਾ ਲੈਟਰ ਟੂ ਸੀਐਮ ਇਹ ਸਰਕਾਰੀ ਸਿਸਟਮ ਤੇ ਚਪੇੜ ਆ ਉਹ ਚਪੇੜ ਦੀ ਆਵਾਜ਼ ਅੱਜ ਚੰਡੀਗੜ੍ਹ ਨਹੀਂ ਸਤੌਜ ਪਿੰਡ ਤੋਂ ਲੈ ਕੇ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਲੈ ਕੇ ਗੁਜਰਾਤ ਪਹੁੰਚੀ ਆ ਉਸ ਥੱਪੜ ਦੀ ਆਵਾਜ਼ ਉਸ ਗੂੰਜ ਕਿ ਕਿਵੇਂ 4 ਮਹੀਨੇ ਹੋ ਗਏ ਨੇ ਔਰ ਉਸ ਕੁੜੀ ਨੇ ਇੱਕ ਇੱਕ ਸ਼ਬਦ ਉਹ ਵਾਰ-ਵਾਰ ਅਸੀਂ ਵੀ ਗਾਣਾ ਸੁਣਿਆ ਤੁਹਾਨੂੰ ਲੂਈ ਕੰਡੇ ਖੜੇ ਹੁੰਦੇ ਨੇ ਤੇ ਉਹ ਕਿੰਨੇ ਲੋਕਾਂ ਦੇ ਜਲੂਈ ਕੰਡੇ ਖੜੇ ਹੋਣਗੇ ਕਿ ਜਿਹੜਾ 4 ਮਹੀਨਿਆਂ ਤੋਂ ਪੰਜਾਬ ਦੀ ਜਨਤਾ ਸਰਕਾਰ ਤੋਂ ਵਿਸ਼ਵਾਸ ਪਾਲੀਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਦੋ ਉਹ 4 ਮਹੀਨੇ ਚ ਮਿਲੇ ਨਹੀਂ ਔਰ ਜਿਸ ਤਰ੍ਹਾਂ ਕੁੜੀ ਨੇ ਗੀਤ ਗਾਇਆ ਉਹ ਗਾਣੇ ਦੇ ਬੋਲ ਔਰ ਫਲਮਾਇਆ ਮੈਨੂੰ ਲੱਗਦਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਬਨਵੇਂ ਯੋਧੇ ਨਾ ਜਿੰਨੂੰ ਕਹਿੰਦੇ ਉਹ ਅੱਜ ਸੋਚ ਰਹੇ ਹੋਣਗੇ ਸ਼ਰਮ ਦੇ ਮਾਰੇ ਅੱਜ ਨੀਵੀਆਂ ਪਾ ਕੇ ਵੇਖ ਰਹੇ ਹੋਣਗੇ ਕਿ ਹੋਇਆ ਕੀ ਕਿਉਂਕਿ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੇ ਨੇ ਲੇਕਿਨ ਅੱਜ ਕੁੜੀ ਨੇ ਦੱਸ ਦਿੱਤਾ ਹੈਗਾ ਕਿ ਬਦਲਾਅ ਦੇ ਨਾਂ ਤੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਨਾ ਉਹ ਬਦਲਾਅ ਲੁੱਟਿਆ ਗਿਆ ਔਰ ਮੈਨੂੰ ਲੱਗਦਾ ਹੈ ਕਿ ਆਈ ਜਿਹੜਾ ਗਾਣਾ ਨਾ ਹੁਣ ਭਾਵੇਂ ਉਹ ਵੀ ਲੋਕ ਜਿਹੜੇ ਕਹਿੰਦੇ ਸੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਤੇ ਅੱਜ ਤੋਂ ਬਾਅਦ ਜਾਰੀ ਸ਼ੁਰੂ ਹੋਈ ਤਾਂ ਉਹ ਵੀ ਲੋਕ ਜਿਹੜੇ ਕਹਿੰਦੇ ਕਿ ਕਿੰਨੇ ਆਏ ਤੇ ਕਿੰਨੇ ਗਏ ਇਹ ਕਿੰਨੇ ਗਏ ਨਹੀਂ ਇੱਕੋ ਸਿੱਧੂ ਮੂਸੇਵਾਲਾ ਗਿਆ ਸੀ ਉਦੇ ਹੱਕ 'ਚ ਤੁਸੀਂ ਖੜੇ ਕਿ ਜਾਂ ਉਹਨਾਂ ਲੋਕਾਂ ਦੇ ਨਾਲ ਭੰਗੜੇ ਪਾਉਣੇ ਆਗੇ ਨੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਫਰਜ਼ ਨਹੀਂ ਸਮਝਿਆਗਾ ਜੈਨੀ ਜੋਲ ਨੇ ਗੀਤ ਦੇ ਵਿੱਚ ਠੋਕ ਕੇ ਵੀ ਗੱਲ ਕਹੀ ਹੈ ਕਿ ਸਿਕਿਉਰਟੀਆਂ ਲੀਕ ਕਰਨ ਵਾਲਿਆਂ ਦੇ ਨਾਂ ਕਿਉਂ ਛਪਾਏ ਗਏ ਨਾ ਕਿਉਂ ਲੁਕਾਏ ਗਏ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੇਕਰ ਕਿਸੇ ਲੀਡਰ ਦਾ ਪੁੱਤ ਮਰਦਾ ਕਿ ਇਸੇ ਤਰ੍ਹਾਂ ਚੱਲਦਾ ਸਿਸਟਮ ਕਿ ਹੁਣ ਤੱਕ ਡੰਡਿਆਂ ਨਾਲ ਕੁੱਟਣਾ ਸੀ ਅੰਦਰ ਜਾਂ ਸਜ਼ਾ ਦੇਣੀ ਸੀ ਕੋਈ ਹੋਰ ਬੜੇ ਤਿੱਖੇ ਸ਼ਬਦ ਵਰਤੇ ਗਏ ਸੀ ਗੀਤ 'ਚ ਬਿਲਕੁਲ ਤੂੰ ਕਿਦਰ ਦਾ ਦਰਦ ਦਾ ਸਿੱਧੂ ਮੂਸੇਵਾਲੇ ਤੋਂ ਅੱਜ ਪਤਾ ਲੱਗ ਗਿਆ ਕਿ ਜੈਨੀ ਜੋਲੀ ਖੜੀ ਆ ਬਾਕੀ ਤੇ ਸਾਰੇ ਮਗਰਮੱਛ ਦੇ ਹੰਝੂ ਵਹਾ ਰਹੇ ਸੀ ਬਾਕੀ ਤੇ ਫੇਸਬੁਕ ਤੇ ਇੱਕ ਲਾਈਨ ਲਿਖਤੀ ਟਵੀਟ ਕਰ ਦਿੱਤਾ ਹੈਗਾ ਬਲਕੌਰ ਸਿੰਘ ਸਿੱਧੂ ਤੇ ਮਾਦਾ ਚਰਨ ਕੌਰ ਦੇ ਨਾਲ ਜਾ ਕੇ ਫੋਟੋ ਖਿਚਾ ਲਈ ਅੱਜ ਪਤਾ ਲੱਗਦਾ ਹੈਗਾ ਆਪਣੇ ਆਪਣੇ ਹੁੰਦੇ ਨੇ ਪ੍ਰਾਏ ਪ੍ਰਾਏ ਹੁੰਦੇ ਨੇ ਕੌਣ ਯਾਰ ਆ ਕੌਣ ਦੁਸ਼ਮਣ ਕਿਹੜਾ ਲੋੜ ਵੇਲੇ ਪਰਖਿਆ ਜਾਂਦਾ ਜਿਹੜਾ ਯਾਰ ਜਾਂ ਭੈਣ ਭਰਾ ਲੋੜ ਵੇਲੇ ਨਾ ਕੰਮ ਆਵੇ ਉਹ ਤੇ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਪਰ ਕੁੜੀ ਦੀ ਜਮੀਰ ਜਾਗਦੀ ਸੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਗਿਆ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਜਿੰਦਾ ਸੀ ਤੇ ਉਹ ਖੜਿਆ ਸੀ ਕਿ ਭੈਣੇ ਮੈਂ ਤੇਰੇ ਨਾਲ ਆ ਤੇ ਅੱਜ ਉਸ ਭੈਣ ਨੇ ਮਿਲਦਾ ਰਖੜੀ ਦੀ ਇਲਾਜ ਰੱਖ ਲਈ ਦੋਨਾਂ ਨੇ ਇੱਕ ਦੂਜੇ ਦੇ ਨਾਲ ਪਰ ਜਿੱਥੋਂ ਤੱਕ ਮਸਲਾ ਹੈ ਕਿ ਜਿਹੜੇ ਉਹਨੇ ਅੱਜ ਤਿੱਖੇ ਬੋਲ ਔਰ ਗਾਣਾ ਵੀ ਗਾਇਆ ਹੈ ਕਿ ਸਾਡੇ ਘਰ ਦੇਤੇ ਵੈਣ ਪੈ ਰਹੇ ਨੇ ਤੇ ਦੂਜਿਆਂ ਦੇ ਘਰ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਉਹ ਵੀਡੀਓ ਵੀ ਕਿਉਂਕਿ ਅਸੀਂ ਉਸ ਕੰਪਨੀ ਦੇ ਨਾਲ ਗੱਲ ਵੀ ਕੀਤੀ ਕਿ ਤੁਹਾਡੀ ਵੀਡੀਓ ਆ ਕਿਉਂਕਿ ਇੰਨਾ ਜੇਰਾ ਜਿਗਰਾ ਨਹੀਂ ਚਾਹੀਦਾ ਜੇਰਾ ਜਿਗਰਾ ਉਹਨਾਂ ਚਾਹੀਦਾ ਜਿਨ੍ਹਾਂ ਦੀ ਰੀੜ ਦੀ ਹੱਡੀ ਕੰਮ ਕਰਦੀ ਹੋਵੇ ਤੇ ਜਿਨ੍ਹਾਂ ਦੇ ਕਹਿੰਦੇ ਨਾ ਲੱਤਾਂ 'ਚ ਜਾਣ ਹੋਵੇ ਉਹੀ ਕਰ ਸਕਦਾ ਹੋਰ ਨਹੀਂ ਕੋਈ ਕਰ ਸਕਦਾ ਮਾਈ ਦਾ ਲਾਲ ਇਹ ਕੁੜੀ ਅੱਜ ਮਾਈ ਦਾ ਲਾਲ ਬਣ ਕੇ ਆਈ ਹੈ ਕਿ ਸਰਕਾਰ ਨਾਲ ਸਿੱਧੀ ਟੱਕਰ ਪਈ ਹੋਰ ਨਹੀਂ ਕਿਸੇ ਟੱਕਰੀ ਉੱਤੇ ਵੱਡੇ ਵੱਡੇ 나ਡੂ ਖਾਂ ਬਣੇ ਫਿਰਦੇ ਹੀ ਪੰਜਾਬ ਦੇ ਵੱਡੇ ਵੱਡੇ ਸਿੰਗਰ ਜਿਹੜੇ ਮਗਰਮੱਛ ਦੇ ਹੰਝੂ ਪਾਉਂਦੇ ਅੱਜ ਕੁੜੀ ਨੇ ਕਰਤਾ ਹੈਗਾ ਪੀਆ ਦੇਖ ਲੋ ਮੈਂ ਖੜੀ ਆ ਮੇਰੇ ਭਰਾ ਦੇ ਨਾਲ ਖੜੀ ਆ 4 ਮਹੀਨੇ ਤਰਸਿਗੇ ਹੀ ਇਨਸਾਫ ਕਿਉਂਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਵੀ ਕਹਿਤਾ ਕਿ ਬਹੁਤ ਹੋ ਗਿਆਹੀਂ ਝੋਲੀਆਂ ਅਡ ਲੀਆਂ ਗਈਆਂ ਹੁਣ ਪਿੰਡੋਂ ਪਿੰਡ ਜਾਵਾਂਗੇ ਤੇ ਸਰਕਾਰ ਤੋਂ ਇਨਸਾਫ ਮੰਗਾਗੇ ਤੇ ਮੈਨੂੰ ਲੱਗਦਾ ਕਿ ਅੱਜ ਉਹ ਕੁੜੀ ਨੇ ਜਿਹੜਾ ਗੀਤ ਗਾਇਆ ਨਾ ਉਹ ਰੂਹ ਦੇ ਨਾਲ ਗਾਇਆ ਇਹ ਮੈਂ ਇਹਨੂੰ ਗੀਤ ਨਹੀਂ ਕਹਾਵਾਂਗਾ ਮੈਂ ਕਹੂੰਗਾ ਸਰਕਾਰੀ ਸਿਸਟਮ ਤੇ ਇੱਕ ਕਰਾਰੀ ਚਪੇੜ ਆ ਉਹ ਜਿਹੜੀ ਸਰਕਾਰ ਦੀਆਂ ਗੱਲਾਂ ਦੇ ਵਜੀ ਹੈਗੀਆਂ ਇਸ ਲੈਟਰ ਟੂ ਸੀਐਮ ਗੀਤ ਦੇ ਵਿੱਚ ਅਖੀਰ ਦੇ ਵਿੱਚ ਜਿਹੜੀ ਗੱਲ ਕਹੀ ਗਈ ਕਿ ਬੋਲ ਕੇ ਦੱਸਿਆ ਗਿਆ ਜੈਨੀ ਜੋਲ ਦੇ ਵੱਲੋਂ ਕਿ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਗਈ ਇੱਕ ਵੱਡਾ ਬਹੁਮਤ ਮਿਲਿਆ ਤੁਹਾਨੂੰ ਔਰ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਵੀ ਜ਼ਿਕਰ ਕੀਤਾ ਸਿੱਧੂ ਮੂਸੇਵਾਲੇ ਦਾ ਤੇ ਕਤਲ ਦਾ ਸਿੱਧੇ ਤੌਰ ਤੇ ਜ਼ਿਕਰ ਹੋਇਆ ਹੀ ਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੀ ਉਹਨਾਂ ਦੇ ਨੌਜਵਾਨਾਂ ਦੇ ਖੂਨ ਨਾਲ ਲੱਤਪੱਤ ਹੋ ਗਿਆ ਜਿਹੜਾ ਪੰਜਾਬ ਇਹਨੂੰ ਰੰਗਲਾ ਪੰਜਾਬ ਕਹਿੰਨੇ ਹੋ ਜਾਂ ਕੋਈ ਹੋਰ ਹੈ ਤਾਂ ਉਹ ਰੰਗਲਾ ਪੰਜਾਬ ਬਣੇਗਾ ਕਦੋਂ ਸੰਦੀਪ ਜਿਹੜਾ ਤੇ ਜਿੱਥੋਂ ਤੱਕ ਰੰਗਲਾ ਪੰਜਾਬ ਦਾ ਮਸਲ ਵੇ ਇਹ ਤੇ ਇੱਕ ਸੀਐਮ ਸਾਹਿਬ ਨੇ ਇੱਕ ਮੀਡੀਆ ਵਾਸਤੇ ਸੁਰਖੀ ਦੇਣੀ ਸੀ ਆਪਾਂ ਨੂੰ ਕਿਉਂਕਿ ਆਪਣ ਹੁੰਦੇ ਨਾ ਹੈਡਿੰਗ ਚੰਗਾ ਹੋਣਾ ਚਾਹੀਦਾ ਹੈਗਾ ਬਸ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਉਹ ਜਸਟ ਇੱਕ ਪੰਜ ਫਿਕਰਿਆਂ ਦਾ ਹੈਡਿੰਗ ਆ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਦੋ ਬਿੰਦੀਆਂ ਪਾ ਕੇ ਭਗਵੰਤ ਮਾਨ ਉਹ ਕੁੜੀ ਨੇ ਸੱਚ ਕਿਹਾ ਜਾਨੀ ਜੋਲ ਨੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਸੰਦੀਪ ਅੰਬੀਆਂ ਦਾ ਕਤਲ ਠੀਕ ਹੈ ਜੀ ਤੇ ਫਿਰ ਸਰਕਾਰ ਕਹਿ ਰਹੀ ਆ ਸਰਕਾਰ ਦੇ ਮੰਤਰੀ ਵੀ ਇਦਾਂ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਹੋ ਜਾਂਦੀਆਂ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਨੂੰ ਫਰਵਾਹ ਕਰਾਇਆ ਫਿਲਹਾਲ ਤੱਕ 6 ਦਿਨ ਹੋ ਗਏ ਨੇ ਤੁਹਾਨੂੰ ਤਾਂ ਗੈਂਗਸਟਰ ਨਹੀਂ ਲੱਭਾ ਜਿਹਨਾਂ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਉਹਨਾਂ ਦਾ ਨਾਮ ਸੀ ਔਰ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਸਿਕਿਉਰਿਟੀ ਵਾਲਾ ਤੇ ਭਗਵੰਤ ਮਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਯਾਰ ਤੇਰੀ ਕੁੱਛੜ 'ਚ ਬੈਠ ਕੇ ਸਰਕਾਰ ਦੀ ਦਾੜੀ ਪੁੱਟ ਰਹੇ ਨੇ ਲੋਕ ਠੀਕ ਹੈ ਜਿਹੜੇ ਰੋਜ਼ ਸਿਕਿਉਰਿਟੀ ਲੀਡ ਕਰਵਾਉਂਦੇ ਵੱਡੀਆਂ-ਵੱਡੀਆਂ ਖਬਰਾਂ ਫੇਸਬੁੱਕ ਤੇ ਪਾਤੀਆਂ ਵਟਸਐਪ 'ਚ ਕਰਦੇ ਹੈਗੇ ਤੇ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਉਸ ਸਿਕਿਉਰਿਟੀ ਜਿਹੜੀ ਲੀਕ ਕਰਵਾਈ ਗਈ ਆ ਜਿਹੜੀ ਤੁਸੀਂ ਫੋਕੀ ਸ਼ੌਹਰਤ ਹਾਸਲ ਕਰਨ ਦੇ ਵਿੱਚ ਤੁਹਾਨੂੰ ਸੱਤਾ ਅੱਜ ਤੁਹਾਡੇ ਦਿਮਾਗ ਤੇ ਚੜ ਕੇ ਬੋਲਦੀ ਸੀ ਉਹ ਅਜ ਕੁੜੀ ਨੇ ਇੱਕ ਇੱਕ ਸ਼ਬਦ ਜਿਹੜਾ ਗਾਣੇ ਦਾ ਉਹ ਸਰਕਾਰ ਦੇ ਸਿਸਟਮ ਦੇ ਚਪੇੜ ਆ ਕਿ ਤੁਸੀਂ ਸਿਕਿਉਰਟੀਆਂ ਲੀਕ ਕਰਵਾਈਆਂ ਜਨਤਕ ਕੀਤੀਆਂ ਤੇ ਸਿੱਧੂ ਮੂਸੇਵਾਲਾ ਤੁਸੀਂ ਐਸੇ ਕਰਕੇ ਮਾਰਿਆ ਗਿਆ ਠੀਕ ਹੈ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਤੇ ਮੈਨੂੰ ਲੱਗਦਾ ਕਿ 2-3 ਮਿੰਟ ਦਾ ਗਾਣਾ ਪਰ ਉਹ ਟਾਈਟਲਮੈਂਟ ਦਾ ਗਾਣਾ ਨਹੀਂ ਹੈਗਾ ਮੈਨੂੰ ਲੱਗਦਾ ਕਿ ਇੱਕ ਲੈਟਰ ਟੂ ਸੀਐਮ ਨਹੀਂ ਆ ਇਸ ਲੈਟਰ ਇੱਕ ਬੰਬ ਆ ਜਿਹੜਾ ਜ ਬੰਬ ਫਟਿਆ ਸਰਕਾਰ ਤੇ ਹੁਣ ਸਰਕਾਰ ਦੇ ਆ ਜਿਹੜੇ ਲੋਕ ਨੇ ਉਹ ਕੀ ਜਵਾਬ ਦੇਣਗੇ ਠੀਕ ਆ ਗਾਲਾਂ ਜੈਨੀਜੋਲ ਨੂੰ ਕੱਢ ਲੈਣਗੇ ਆਪਾਂ ਨੂੰ ਰੋਜ਼ ਕੱਢਦੇ ਨੇ ਕੱਢੀ ਜਾਣ ਗਾਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇਹ ਕਿ ਜਾਗ ਦੀ ਜ਼ਮੀਰਾਂ ਵਾਲੇ ਲੋਕਾਂ ਦੇ ਵਿੱਚ ਜੈਨੀਜੋਲ ਸ਼ਾਮਿਲ ਹੋ ਗਈ ਆ ਸਿੱਧੂ ਮੂਸੇਵਾਲਾ ਦੀ ਪਤਾ ਨਹੀਂ ਸਕੀ ਕੋਈ ਭੈਣ ਹੈ ਕਿ ਨਹੀਂ ਹੈ ਨਾ ਪਰ ਅੱਜ ਜੈਨੀ ਜੋਲ ਨੇ ਭੈਣ ਬਣ ਕੇ ਦਿਖਾਇਆਗਾ ਮੈਂ ਕਹਿੰਦਾ ਭੈਣ ਨਹੀਂ ਪੁੱਤ ਬਣ ਕੇ ਦਿਖਾਇਆਗਾ ਨੇ ਕਿ ਬਲਕੌਰ ਸਿੰਘ ਸਿੱਧੂ ਦਾ ਇੱਕ ਪੁੱਤ ਜੰਪਿਆ ਮੈਂ ਤੇ ਕਹਿੰਦਾ ਜੈਨੀ ਜੋਲ ਬਲਕੌਰ ਸਿੰਘ ਸਿੱਧੂ ਦਾ ਇੱਕ ਪੁੱਤ ਬਣ ਕੇ ਉੱਭਰੀ ਆ ਗਿਆ ਕਿ ਜਿਹੜੀ ਉਹਨੇ ਕਰਕੇ ਦਿਖਾਤਾ ਇਹ ਨਹੀਂ ਕਿ ਸਰਕਾਰ ਨਾਲ ਲੜਨਾ ਹੈ ਨਾਰੇਬਾਜੀ ਕਰਨੀ ਕਿਉਂਕਿ ਤੁਹਾਡੇ ਸ਼ਬਦ ਤੁਹਾਡੀ ਕਲਮ ਕੰਮ ਦਾ ਸ਼ਬਦ ਹੋਵੇ ਤਾਂ ਇੱਕ ਹੀ ਬਾਤ ਹੁੰਦਾ ਨਹੀਂ ਤਾਂ ਰੌਲਾ ਪਾਉਣ ਨੂੰ ਤਾਂ ਪਹਿਲਾਂ ਵੀ ਪੈ ਰਹੇ ਆ ਸੜਕਾਂ ਤੇ ਆਏ ਆ ਕਲਮ ਤੇ ਕਹਿੰਦੇ ਸਾਣ ਦੇ ਤਲਵਾਰ ਤੇ ਵੀ ਤਕੀਂ ਦੀਆ ਕਲਮ ਤੇ ਤਿੱਖੀ ਆ ਜਿਹੜੀ ਖੁਦ ਆਪਣਾ ਸਿਰ ਕਟਾ ਕੇ ਘੜੀ ਜਾਂਦੀ ਹੈ ਗਿਆ ਤੇ ਸ਼ਬਦ ਤੁਹਾਡੇ ਉਹ ਨੇ ਅੱਜ ਕੁੜੀ ਨੇ ਸ਼ਬਦਾਂ ਦੇ ਰਾਹੀਂ ਸਰਕਾਰ ਨੂੰ ਜਗਾ ਦਿੱਤਾ ਹੈਗਾ ਸਰਕਾਰ ਇਹਨੂੰ ਉਲਟਾ ਲਵੇ ਪਲਟਾ ਲਵੇ ਸਿੱਧਾ ਲਵੇ ਪੁੱਠਾ ਲਵੇ ਲੇਕਿਨ ਸਰਕਾਰ ਚੱਕਰ 'ਚ ਫਸ ਗਈ ਹੈ ਗਿਆ ਪਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਬਾਕੀ ਭਾਈਚਾਰਾ ਇਹਨੇ ਸਿੱਧੂ ਮੂਸੇਵਾਲਾ ਠੀਕ ਹੈ ਇੱਕ ਗਾਇਕੀ ਦੇ ਖੇਤਰ 'ਚੋਂ ਹੀ ਉਹਨੂੰ ਸਾਰੇ ਪੰਜਾਬ ਨੇ ਪੂਰੀ ਦੁਨੀਆ ਨੇ ਰੋਈ ਹੈਗੇ ਜਾਏ ਅਫਰੀਕਾ ਅਫਰੀਕਨ ਚਾਹੇ ਨਾਈਜੀਰੀਅਨ ਚਾਹੇ ਕੈਨੇਡੀਅਨ ਚਾਹੇ ਅਮਰੀਕਨਸ ਚਾਹੇ ਟਾਲੀਅਨਾ ਵਰਲਡ ਦੇ ਹਰ ਸਿੰਗਰ ਨੇ ਉਹਨੂੰ ਰੋਇਆ ਹਰ ਦੁਨੀਆ ਰੋਈ ਹੈਗੀਆ ਦੇਖੋ ਪਿੱਛੇ ਜੇ ਕਿਹੜੇ ਸਟੇਟ ਦੇ ਜੱਜ ਆਈ ਇੱਕ ਹੈ ਨਾ ਜੱਜ ਨੇ ਸਿੱਧੂ ਮੂਸੇ ਵਾਲੇ ਤੋਂ ਉਹ ਪ੍ਰਵਾਨ ਕੋਈ ਨਹੀਂ ਮਿਲੀ ਉਹ ਵੀ ਉੱਥੇ ਬੈਨ ਪਾ ਕੇ ਗਈ ਹੈਗੀਆ ਤੇ ਮੈਨੂੰ ਲੱਗਦਾ ਕਿ ਜਿਹੜੇ ਉਹ ਸਿੰਗਰ ਡਰਾਮੇ ਕਰਦੇ ਸੀ ਨਾ ਠੀਕ ਹੈ ਔਰ ਪੰਜਾਬ ਦੇ ਮੰਤਰੀਆਂ ਨੂੰ ਜਫੀਆਂ ਪਾਉਂਦੇ ਆਗੇ ਨੇ ਉਹਨਾਂ ਨੂੰ ਅੱਜ ਘੱਟੋ ਘੱਟ ਸ਼ਰਮ ਆਉਣੀ ਚਾਹੀਦੀ ਹੈਗੀਆ ਕਿ ਯਾਰ ਤੁਸੀਂ ਤੇ ਦੁਕਾਨਦਾਰੀ ਚਲਾ ਲਈ ਜਿਹੜੀ ਚਲਾ ਲਈ ਹੈਗੀ ਤੁਸੀਂ ਤੇ ਸਰਕਾਰ ਨਾਲ ਜੱਫੀਆਂ ਪਾ ਲਈਆਂ ਜੱਫੀਆਂ ਪਾ ਕੇ ਫਿਰ ਫੋਟੋਆਂ ਵੀ ਵਾਇਰਲ ਕਰਦੇ ਨੇ ਗਾਣੇ ਵੀ ਬੁਲਾਉਂਦੇ ਆਗੇ ਨੇ ਠੀਕ ਆ ਸਾਡੀ ਚੰਗੀ ਚੜਦਾ ਸਰਕਾਰ ਦੀ ਚੜਦੀ ਹਾਂ ਉਹ ਪਿੱਛੇ ਜੇ ਇੱਕ ਇੱਕ ਸ਼ਰਾਬੀ ਦੂਜੇ ਸਿੰਗਰ ਨਾਲ ਲੜ ਪਿਆ ਗਿਆ ਨਾ ਕਿ ਮੇਰੀ ਤਾਂ ਬੜੀ ਵੱਡੀ ਸਾਡੇ ਭਰਾ ਵਾ ਸਾਡਾ ਨਾ ਉਦਾਂ ਦੇ ਲੋਕ ਵੀ ਜੈਨੀ ਜੋਲ ਸਾਰਿਆਂ ਨੂੰ ਸਬਕ ਸਿਖਾ ਦਿੱਤਾ ਹੈਗਾ ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਅੱਜ ਜੈਨੀ ਜੋਲ ਬੋਲੀਆ ਕੱਲ ਸਾਰਾ ਪੰਜਾਬ ਬੋਲੂਗਾ ਹੁਣ ਦੇਖਦੇ ਆ ਕਿ ਜਿਹੜੇ ਭਗਤ ਹੁੰਦੇ ਨੇ ਜਿਹੜੇ ਅੱਜ ਕੱਲ ਪੰਜਾਬ ਦੇ ਵਿੱਚ ਭੇਡਾਂ ਨੇ ਉਹ ਕਿਵੇਂ ਡਿੰਗਦੀਆਂ ਹੈਗੀਆਂ ਜਾਂ ਭੇਡਾਂ ਕਿਵੇਂ ਕਹਿੰਦੇ ਬਾਹ ਬਾਹ ਕਰਨ ਗਿਆ ਅੱਜ ਕਿਵੇਂ ਕਰਨ ਗਿਆ ਬਾਹ ਬਾਹ ਪਰ ਦੋ ਜਵਾਬ ਵੀ 4 ਮਹੀਨੇ ਹੋ ਗਏ ਯਾਰ ਤੁਸੀਂ ਲੋਕਾਂ ਨੂੰ ਬੇਬਕੂ ਬਣਾਏ ਜਾ ਰਹੇ ਸੀ ਵੀ ਨਵੀਂ ਨਵੀਂ ਸਰਕਾਰ ਨਵੀਂ ਨਵੀਂ ਕਿਉਂ ਸਰਕਾਰ ਤੁਸੀਂ ਤੇ ਬਹੁਤ ਕੁਝ ਸਿੱਖ ਲਿਆ ਤੁਸੀਂ ਤੇ ਇਹ ਵੀ ਸਿੱਖ ਲਿਆਗਾ ਕਿ ਸਾਨੂੰ ਸੈਂਟਰ ਖਰੀਦ ਰਿਹਾ ਇਹ ਕਿਵੇਂ ਐਕਸਪੋਜ਼ ਕਰਦਾ ਹੈਗਾ ਤੁਹਾਨੂੰ ਤੇ ਵੀ ਤੰਮਕੀਆਂ ਆ ਰਹੀਆਂ ਤੁਸੀਂ ਉਹ ਵੀ ਦੱਸਦਾ ਹੈਗਾ ਤੇ ਉਹ ਸਿੱਖ ਤੇ ਲਿਆ ਤੁਹਾਡੇ 6 ਮਹੀਨੇ ਹੋ ਚੁੱਕੇ ਨੇ ਹੈ ਤੁਹਾਡੇ ਸਾਰਿਆਂ ਦਾ ਹਨੀਮੂਨ ਪੀਰੀਅਡ ਖਤਮ ਹੋ ਗਿਆ ਹੁਣ ਕੰਮ ਕਰਕੇ ਦਿਖਾ ਦਿਓ ਗੈਂਗਸਟਰ ਹੱਲੇ ਤੱਕ ਪੰਜਵਾਂ ਦਿਨ ਹੋ ਗਿਆ ਭੱਜ ਗਿਆ ਨਾ ਉਥੋਂ ਦੇ ਐਸਐਸਪੀ ਨੂੰ ਪਤਾ ਲੱਗਾ ਨਾ ਉਥੋਂ ਦੇ ਸੀਆਈ ਇੰਸਪੈਕਟਰ ਨੂੰ ਪਤਾ ਲੱਗਾ ਨਾ ਉਸ ਰੇਂਜ ਦੇ ਆਈਜੀ ਨੂੰ ਪਤਾ ਲੱਗਾ ਨਾ ਪੁਲਿਸ ਹੈੱਡ ਕੁਆਰਟਰ ਬੈਠੇ ਡੀਆਈਜੀ ਤੋਂ ਲੈ ਕੇ ਸੰਦੀਪ ਡੀਜੀਪੀ ਤੱਕ ਘੱਟੋ ਘੱਟ 100 ਅਫਸਰ ਨੇ ਉਹਨਾਂ ਨੂੰ ਨਹੀਂ ਪਤਾ ਲੱਗਾ ਸਰਕਾਰ ਨੂੰ ਨਹੀਂ ਪਤਾ ਲੱਗਾ ਤੇ ਫਿਰ ਜਦੋਂ ਇਦਾਂ ਦੇ ਕਿਉਂਕਿ ਕਲਾਕਾਰ ਪੱਤਰਕਾਰ ਗੀਤਕਾਰ ਜਿਹੜੇ ਹੁੰਦੇ ਨਾ ਸਾਹਿਤ ਨਾਲ ਜੁੜੇ ਸੱਭਿਆਚਾਰ ਦੇ ਬੜੇ ਕੋਮਲ ਹੁੰਦੇ ਨੇ ਇਹਨਾਂ ਦੇ ਕੋਮਲ ਹਿਰਦੇ ਹੁੰਦੇ ਨੇ ਤੇ ਜਦੋਂ ਕੋਮਲ ਹਿਰਦੇ ਕੁਝ ਸ਼ਬਦ ਲਿਖਦੇ ਨਾ ਤੇ ਫਿਰ ਉਹ ਸਰਕਾਰ ਦੀ ਹਿੱਕ ચીਰਦੇ ਨੇ ਤੇ ਅੱਜ ਜੈਨੀ ਜੋਲ ਨੇ ਉਹ ਜਿਹੜੇ ਗਾਣਾ ਲਿਖਿਆ ਜਾਂ ਜਿੰਨੇ ਵੀ ਲਿਖਿਆ ਤੇ ਜਾਂ ਗਾਇਆ ਜਿਹੜਾ ਜੈਨੀ ਜੋਲ ਨੇ ਹਨ ਉਹ ਜਿਹੜੇ ਅੱਜ ਉਹਦੇ ਬੋਲ ਨਾ ਨਾ ਉਹ ਅੱਜ ਹਿੱਕ ਪਾਰ ਕੀਤੇ ਨੇ ਇਹਨਾਂ ਸਰਕਾਰ ਦੇ 92 ਵਿਧਾਇਕਾਂ ਦੇ ਤੇ ਬਾਕੀ ਵੀ ਜਿਹੜੇ ਇਹਨਾਂ ਦੇ ਭਗਤ ਨੇ ਜਾਂ ਹੋਰ ਲਾਲੋ ਉਹ ਸਾਰੇ ਜਿਹੜੇ ਲੋਕ ਨੇ ਅਜਨ ਬੁੱਲਾਂ ਤੇ ਨਾ ਉਹ ਜੰਮ ਗਏ ਨੇ ਦੀ ਸਿਕਰੀ ਜੰਮ ਗਈ ਹੈਗੀਆ ਤੇ ਹੁਣ ਵੇਖਦੇ ਕੀ ਕਰਦੇ ਨੇ ਹੁਣ ਜੈਨੀਜੋਲ ਦੇ ਪਿੱਛੇ ਲਾ ਦੇਣਗੇ ਕੋਈ ਹਰ ਪਾਰਟੀ ਨੇ ਜੇ ਭਾਜਪੀ ਦੇ ਖਿਲਾਫ ਬੋਲ ਦੋ ਉਹਨਾਂ ਦੀ ਜਿਹੜੀਆਂ ਆਨਲਾਈਨ ਭਗਤ ਜਾਗ ਪੈਂਦੇ ਨੇ ਕਿਉਂਕਿ ਕੰਪਨੀਆਂ हायर ਕੀਤੀਆਂ ਜੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲ ਦੋ ਤੇ ਉਹਨਾਂ ਦੀਆਂ ਜਿਹੜੀਆਂ ਆਨਲਾਈਨ ਲੋਕ ਨੇ ਉਹ ਜਾਗ ਪੈਂਦੇ ਨੇ ਕਿਉਂਕਿ ਪੈਸਾ ਮਿਲਦਾ ਕੰਪਨੀਆਂ ਖਰੀਦੀਆਂ ਅਮਰਤਪਾਲ ਬਾਰੇ ਕੁਝ ਬੋਲ ਦੋ ਉੱਥੇ ਲੋਕੀ ਗਾਲਾਂ ਕੱਢਣੇ ਸ਼ੁਰੂ ਕਰ ਦਿੰਦੇ ਨੇ ਕਾਂਗਰਸ ਪਾਰਟੀ ਨੂੰ ਛੇੜ ਦੋ ਉਹਨਾਂ ਦੇ ਬੰਦੇ ਉੱਠ ਖਲੋਂਦੇ ਨੇ ਅਕਾਲੀ ਦਲ ਨੂੰ ਛੇੜ ਦੋ ਟਿੱਪਣੀਆਂ ਕਰ ਦੋ ਵੀ ਤੁਹਾਡਾ ਆ ਮੜਾ ਉੱਥੇ ਸਾਰੇ ਲੋਕ ਖੜੇ ਹੋ ਜਾਂਦੇ ਨੇ ਇਹ ਖੋਖਲੇ ਨੇ ਬੇਸਿਕਲੀ ਕਿਉਂਕਿ ਇਹਹੀਂ ਇੱਥੇ ਸਮਾਧ ਨਹੀਂ ਰਚਾਰੇ ਅਸੀਂ ਵਿਵਾਦਾਂ ਨੂੰ ਵਾਧਾ ਕਰ ਰਹੇ ਹਾਂ ਨਾ ਇਹਨਾਂ 'ਚ ਸ਼ੈਨਸ਼ੀਲਤਾ ਨਹੀਂ ਹੈਗੀ ਸਿਆਸੀ ਪਾਰਟੀਆਂ ਦੇ ਵਿੱਚ ਸ਼ੈਨਸ਼ੀਲਤਾ ਹੋਣੀ ਚਾਹੀਦੀ ਆ ਪਰ ਨਾ ਭਾਜਪੀ ਦੇ ਵਿੱਚ ਤੇ ਨਾ ਆਮ ਆਦਮੀ ਪਾਰਟੀ ਚ ਇਹਨਾਂ ਦੋਨਾਂ ਪਾਰਟੀਆਂ ਚ ਤੇ ਸ਼ੈਨਸ਼ੀਲਤਾ ਹੈ ਨਹੀਂ ਆ ਕਾਂਗਰਸ ਕਾਲੀ ਦਲ ਚ ਥੋੜੀ ਰਹੀ ਆ ਹੁਣ ਇੰਨੀ ਨਹੀਂ ਰਹੀ ਹੈਗੀ ਉਹਨਾਂ ਦਾ ਹਾਜਮਾ ਵੀ ਇੰਨਾ ਸਟਰੋਂਗ ਨਹੀਂ ਹੈਗਾ ਪਰ ਕੁਝ ਹੈਗਾ ਸੀ ਤੇ ਇਹਨਾਂ ਦਾ ਤਾਂ ਬਿਲਕੁਲ ਨਹੀਂ ਹੈਗਾ ਤੇ ਹੁਣ ਅੱਜ ਜੈ ਮੈਨੂੰ ਤਾਂ ਫਿਕਰ ਆ ਵੈਸੇ ਤੇ ਜਾਨੀ ਜੋ ਜੋ ਉਹਨੂੰ ਮੈਂ ਦੋ ਵਾਰ ਸਲੂਟ ਕਰਦਾ ਮੈਨੂੰ ਤਾਂ ਫਿਕਰ ਹੈ ਕਿ ਉਹਦੇ ਪਿੱਛੇ ਲੱਗ ਜਾਣਗੇ ਅੱਜ ਉਹਦੀਆਂ ਫੋੜਵਾ ਵੀ ਕੱਢ ਦੇਣਗੇ ਠੀਕ ਹੈ ਜੀ ਪਤਾ ਨਹੀਂ ਕੀ ਕੁਝ ਵੀ ਲਿਖਣਗੇ ਪਰ ਮੈਂ ਉਸ ਕੁੜੀ ਨੂੰ ਕਹਾਂਗਾ ਕਿ ਤੂੰ ਕੁੜੀਏ ਕਬਰਾਈ ਨਾ ਜਿਸ ਜਿਗਰੇ ਦੇ ਨਾਲ ਤੁਸੀਂ ਗਾਣਾ ਗਾਇਆ ਨਾ ਉਸ ਜਿਗਰੇ ਨੂੰ ਸਟੈਂਡ ਰੱਖੀ ਪ੍ਰਵਾਹ ਨਾ ਕਰੀ ਤੁਹਾਡੀਆਂ ਫੋਟੋਆਂ ਦੇ ਨਾਲ ਛੇੜਖਾਨੀ ਵੀ ਹੋਊਗੀ ਤੁਹਾਨੂੰ ਗਾਲਾਂ ਵੀ ਕੱਢਣਗੇ ਤੁਹਾਡਾ ਕੈਰੈਕਟਰ ਸ਼ੈਸਿਨੇਸ਼ਨ ਵੀ ਕਰਨਗੇ ਪ੍ਰਵਾਹ ਨਾ ਕਰੀ ਕਿਉਂਕਿ ਕਹਿੰਦੇ ਨੇ ਕਿ ਕਾਫਲੇ ਚੱਲਦੇ ਰਹਿੰਦੇ ਹੁੰਦੇ ਨੇ ਕੁੱਤੇ ਭੌਂਗਦੇ ਰਹਿੰਦੇ ਹੁੰਦੇ ਨੇ ਤੇ ਲੋਕਾਂ ਦੀ ਪ੍ਰਵਾਹ ਨਾ ਕਰੀ ਡੱਟ ਕੇ ਰਹੀਂ ਜੇ ਲੱਗਦਾ ਕਿ ਅੱਜ ਜੇਸ ਹਿੰਮਤ ਦੇ ਨਾਲ ਜਿਗਰੇ ਦੇ ਨਾਲ ਗੀਤ ਗਾਇਆ ਇਹ ਜਿਗਰੇ ਨੂੰ ਅੱਜ ਨਹੀਂ ਕੱਲ ਨਹੀਂ ਭਲਕੇ ਨਹੀਂ ਤੁਸੀਂ ਆਪਣਾ ਇਤਿਹਾਸ ਦੇ ਨਾਮ ਪੰਨਿਆਂ 'ਚ ਨਾਮ ਦਰਜ ਕਰਵਾ ਦਿੱਤਾ ਹੈਗਾ ਜਦੋਂ ਆਉਣ ਵਾਲੇ ਸਮੇਂ ਦੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੇਸ ਦੀਆਂ ਬੰਨੇ ਖੁੱਲ੍ਹਾ ਕਰਨਗੇ ਵਰਕੇ ਪੜਿਆ ਜਾਏ ਕਰਨਗੇ ਹਨ ਉਹਦੇ ਚ ਤੇਰਾ ਨਾਮ ਹੀ ਹੋਊਗਾ ਕਿ ਉਸ ਸਮੇਂ ਦੀ ਜਿਹੜੀ ਹਕੂਮਤ ਸੀ ਉਹਨੇ ਕੋਈ ਕੰਮ ਨਹੀਂ ਕੀਤਾਗਾ ਸੀ ਤੇ ਇੱਕ ਸਿੰਗਰ ਸੀ ਜਿਹਨੂੰ ਭੈਣ ਮੰਨਦਾ ਸੀ ਸídu ਮੂਸਵਾਲਾ ਤੇ ਉਹਨੇ ਇੱਕ ਗਾਣਾ ਲਿਖਿਆ ਸੀ ਲੈਟਰ ਟੂ ਸੀਐਮ ਉਹ ਲੈਟਰ ਟੂ ਸੀਐਮ ਨਹੀਂ ਹੈਗਾ ਉਹ ਮੈਨੂੰ ਲੱਗਦਾ ਬੰਬ ਟੂ ਸੀਐਮ ਆ ਤੇ ਅੱਜ ਬੰਬ ਫਟਿਆ ਸਤੌਜ ਵਾਇਆ ਚੰਡੀਗੜ੍ਹ ਤੇ ਗੁਜਰਾਤ ਕਿਉਂਕਿ ਸਾਡੇ ਮੁੱਖ ਮੰਤਰੀ ਗੁਜਰਾਤ ਬੈਠੇ ਨੇ 4 ਦਿਨ ਦਾ ਸੈਸ਼ਨ ਰਿਹਾ ਹੈਗਾ 1 ਘੰਟਾ ਨਹੀਂ ਬੈਠੇ ਹੈਗੇ ਇਲੈਕਸ਼ਨ 'ਚ ਰਹਿ ਹੈਗੇ ਨੇ ਇੱਕ ਪਹਿਲੇ ਦਿਨ ਆਏ ਥੋੜਾ ਚਿਰ ਰਹਿ ਤੇ 26 ਮਿੰਟ ਬਾਅਦ ਚ ਬੋਲੇ ਆ ਗਏ ਨੇ ਤੇ ਆ ਜੋ ਕੁੜੀ ਨੇ ਕਮਾਲ ਕਰ ਦਿੱਤੀ ਹੈਗੇ ਤੇ ਮੈਨੂੰ ਲੱਗਦਾ ਕੋ ਉਹਦੇ ਨਾਲ ਜਿੰਨਾ ਹੁਣ ਪੰਜਾਬੀ ਸੱਭਿਆਚਾਰ ਦਾ ਲਾਣਾ ਨਾ ਜਿਹੜੇ ਕਹਿੰਦੇ ਸੀ ਕਿ ਅੱਜ ਤੋਂ ਬਾਅਦ ਜਾਰੀ ਸ਼ੁਰੂ ਹੋਊਗੀ ਜਾਂ ਕਹਿ ਰਹੇ ਸੀ ਜਿਹੜੇ ਕਿੰਨੇ ਆਏ ਕਿੰਨੇ ਚਲੇ ਜਿਹੜੇ ਪੰਜਾਬੀ ਗਾਇਕੀ ਦੇ ਬਾਵੇ ਬੈਠੇ ਆ ਗਏ ਨੇ ਹੈ ਨਾ ਜਾਂ ਹੋਰ ਵੀ ਜਿਹੜੇ ਆ ਗਏ ਨੇ ਆਪਣੇ ਆਪ ਨੂੰ ਜਿਹੜੇ 나ਡੂ ਖਾਂ ਸਮਝਦੇ ਹੈਗੇ ਨੇ ਉਹ ਘੱਟੋ-ਘੱਟ ਜੇ ਸਿੱਧੂ ਮੂਸੇਵਾਲੇ ਦੇ ਨਾਲ ਨਹੀਂ ਨਾ ਖੜੇ ਆ ਗਏ ਜੇ ਸਿਰ ਫੋਡ ਮਾਂ ਤੇ ਤਸਵੀਰਾਂ ਖਚੌਂਚ ਤੋਂ ਹੀ ਰੇ ਤੇ ਘੱਟੋ ਘੜੇ ਹਰ ਇਸ ਕੁੜੀ ਦੇ ਨਾਲ ਤੇ ਖਲੋਜੋ ਨਾ ਤੁਹਾਨੂੰ ਤੁਸੀਂ ਖਲੋਹੋਗੇ ਤੇ ਬਾਕੀ ਸਮਾਜ ਆਊਗਾ ਪਰ ਮੈਨੂੰ ਲੱਗਦਾ ਕੁੜੀ ਸੋਚ ਕੇ ਉਹਨੇ ਗਾਣਾ ਗਿਆ ਕਿ ਮੈਨੂੰ ਇੰਨਾਂ ਲੋਕਾਂ ਦੀ ਲੋੜ ਨਹੀਂ ਹੈਗੀ ਤੇ ਜਿਹੜੇ ਹੁੰਦੇ ਨਾ ਇਹ ਉਹੀ ਲੋਕ ਨਹੀਂ ਹੁੰਦੇ ਨੇ ਜਿਹੜੇ ਕੌਮ ਦੇ ਵਿੱਚ ਆਪਣਾ ਨਾਮ ਕਾਇਮ ਕਰਦੇ ਨੇ ਤੇ ਜੈਨੀ ਜੋਲ ਨੇ ਆਪਣਾ ਨਾਮ ਕਾਇਮ ਕਰ ਦਿੱਤਾਗਾ ਆਉਣ ਵਾਲਾ ਸਮਾਂ ਕਿੰਨੇ ਦੇਖਿਆ ਸਮਾ ਤੇ ਅੱਜ ਦਾ ਹੀ ਹੈ ਨਾ ਤੇ ਸਮਾ ਕਿਸੇ ਪਿਓ ਦਾ ਨਹੀਂ ਹੁੰਦਾ ਉਹ ਮੈਨੂੰ ਲੱਗਦਾ ਕੁੜੀ ਸ਼ਾਗੀ ਅੱਜ ਜੀ ਪ੍ਰੋਗਰਾਮ 16 ਨੇ ਸਾਜਦੇ ਵਿੱਚ ਅਸੀਂ ਇਹ ਗੱਲ ਕੀਤੀ ਇੱਕ ਪਾਸੇ ਲੈਟਰ ਟੂ ਸੀਐਮ ਗੀਤ ਆ ਗਿਆ ਜੈਨੀ ਜੋਲ ਦਾ ਜਿਸ ਨੇ ਇਕਰਾਰੀ ਚਪੇੜ ਸਿਸਟਮ ਦੇ ਮੂੰਹ ਦੇ ਉੱਤੇ ਮਾਰੀ ਹੈ ਕਿ ਆਖਰਕਾਰ ਇੱਕ ਕੇਸ ਕਤਲ ਨਹੀਂ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੇ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਿਧਾਨ ਸਭਾ ਦੇ ਵਿੱਚ ਇਸ ਦਾ ਵੇਰਵਾ ਵੀ ਦੇ ਦਿੱਤਾ ਸੀ ਅਖੀਰਲੇ ਸੈਸ਼ਨ ਦੇ ਵਿੱਚ ਕਿ ਕਿੰਨੇ ਗੈਂਗਸਟਰ ਅਸੀਂ ਉਸ ਕਤਲ ਕੇਸ ਦੇ ਵਿੱਚ ਫੜ ਲਏ ਨੇ ਕਿੰਨੇ ਫੜਨੇ ਬਾਕੀ ਨੇ ਔਰ ਜਿਹੜੇ ਵੀ ਕੰਮ ਰਹਿੰਦੇ ਨੇ ਬਾਕੀ ਅਸੀਂ ਕਰਕੇ ਦਿਖਾਵਾਂਗੇ ਪਰ ਉਹ ਦਿਖਾਉਣੇ ਅਜੇ ਬਾਕੀ ਸੀ ਉਸ ਤੋਂ ਪਹਿਲਾਂ ਹੀ ਕਰਾਰੀ ਚਪੇੜ ਵੱਜੀ ਹੈ ਸਰਕਾਰ ਦੇ ਮੂੰਹ ਤੇ ਹੁਣ ਦੇਖਣਾ ਹੋਵੇਗਾ ਸਰਕਾਰ ਇਸ ਦਾ ਜਵਾਬ ਕੀ ਦਿੰਦੀ ਹੈ ਫਿਲਹਾਲ ਅੱਜ ਦੀ ਚਰਚਾ ਵਿੱਚ ਇੰਨਾ ਹੀ ਸਾਨੂੰ ਦਿਵਾ ਗਿਆ ਧੰਨਵਾਦ